ਅਨਾਂ ਦੇ ਮੈਂ ਕੋਈ ਕਾਮੇਡੀ ਫਿਲਮ ਬਣਾਵਾਂ ਦੋ ਚਾਰ ਸੋਹਣੀਆਂ ਕੁੜੀਆਂ ਬੰਬੀ ਤੋਂ ਡਾਂਡੂਸ ਕਰਕੇ ਬਣਾ ਲਾਉ ਤਾਂ ਸਾਰੇ ਹਾ ਹ ਜਦੋਂ ਆਪਾਂ ਇਹੋ ਜਿਹਾ ਸਟੈਪ ਲੈਣਾ ਹੁੰਦਾ ਫਿਰ ਆਪਾਂ ਨੂੰ ਫਿਰ ਤਾਂ ਉਸ ਚੀਜ਼ਾਂ ਲਈ ਤਿਆਰ ਰਹਿਣਾ ਪੈਂਦਾ ਵੀ ਇਹ ਚੀਜ਼ਾਂ ਤਾਂ ਆਉਣਗੀਆਂ ਕਿ ਜਿਹੜੇ ਸਾਡੇ ਨੌਜਵਾਨ ਨੇ ਉਹ ਨਸ਼ਿਆਂ ਤੋਂ ਦੂਰ ਰਹਿਣ ਆਪਣੇ ਆਪ ਨੂੰ ਪਛਾਣਨ ਆਪਣਾ ਇਤਿਹਾਸ ਪੜ੍ਹਨ ਹੈਨਾ ਜਿਵੇਂ ਅਸੀਂ ਪਹਿਲਾਂ ਦੂਜਾਂਵੇਂ ਹਿੰਦੂ ਤੇ ਸਿੱਖ ਵੀਰ ਮਿਲ ਕੇ ਰਹਿੰਦੇ ਸੀ ਆ ਕੁਝ ਕੁ ਬੰਦੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਇਹਨਾਂ ਦਾ ਬਾਈਕਟ ਕਰੋ ਕਿਉਂ ਆਉਣ ਵਾਲੇ ਸਮੇਂ ਜਿਹੜੀਆਂ ਸਾਡੀਆਂ ਪੀੜ੍ਹੀਆਂ ਜਿਹੜਾ ਬੱਚੇ ਇੱਕ ਨਸ਼ਾ ਖਾ ਕੇ ਭੁੱਲ ਚੁੱਕੇ ਇਤਿਹਾਸ ਨੂੰ ਤੇ ਉਹਨਾਂ ਦੇ ਵਿੱਚ ਬੜਾ ਸੋਹਣਾ ਵੀਰ ਨੇ ਇੱਕ ਮੈਸੇਜ ਲੈ ਕੇ ਆਂਦਾ ਪਰ ਅਕਾਲੀ ਕਿਸ ਲੈਵਲ ਤੇ ਲੜਦੇ ਸੀ ਉਹਨਾਂ ਦੀ ਸੋਚ ਕੀ ਸੀ ਇਸ ਤਰ੍ਹਾਂ ਇਸ ਵਿੱਚ ਵੀ ਉਹ ਹੀ ਲਾਂਦਾਗਾ ਵੀ ਪੰਜਾਬ ਦੇ ਜਦੋਂ ਹਾਲਾਤ ਵਿਗੜਿਆ ਇਹਨਾਂ ਮਸੰਦਾਂ ਨੇ ਕੀ ਕਰਤੂਕਾਰ ਕੀਤੀਆਂ ਉਹ ਮੈਂ ਦਿਖਾਉਣੇ ਸੀ ਮੈਂ ਦਿਖਾਤੀ ਤੇ ਮੈਨੂੰ ਖੁਸ਼ੀ ਹੈ ਕਿ ਮੈਨੂੰ ਮਹਾਰਾਜ ਨੇ ਇਹ ਜ਼ਿੰਮੇਵਾਰੀ ਮੈਨੂੰ ਸੌਂਪੀ ਤੇ ਮੈਂ ਉਹਨੂੰ ਵਾ ਸਕਿਆ ਤੇ ਆ ਜਿਹੜੀ ਮਸੰਦ ਫਿਲਮ ਆ ਇਹਦਾ ਕੋਈ ਸਾਡਾ ਫਰੋਦ ਨਹੀਂਗਾ ਇਹ 18 ਤਰੀਕ ਨੂੰ ਲੱਗਣੀ ਹੈ ਤੇ ਸਾਰੀ ਵੀਰ ਸਾਰੀ ਸੰਗਤ ਹਿੰਦੂ ਭਾਈਚਾਰਾ ਸਿੱਖ ਭਾਈ ਜਾੜਾ ਸਾਰੇ ਭਾਈ ਜਾੜਿਆਂ ਨੂੰ ਮੇਰੀ ਪੀ ਲਿਆ ਵੀ ਇਹ ਜਾ ਕੇ ਫਿਲਮ ਵੇਖੋ ਸਿਲਮੇ ਘਰਾਂ ਦੇ ਵਿੱਚ 1984 ਦੇ ਦੁਕਾਨ ਤੇ ਕਈ ਪੰਜਾਬੀ ਫਿਲਮਾਂ ਜਿਹੜੀਆਂ ਬਣੀਆਂ ਇਸੇ ਲੜੀ ਦੇ ਤਹਿਤ ਇੱਕ ਨਵੀਂ ਫਿਲਮ ਮਸੰਦ ਜਿਹੜੀ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਦੀ ਸਟਾਰ ਕਾਸਟ ਸਾਡੇ ਨਾਲ ਮੌਜੂਦ ਆ ਗੱਲਬਾਤ ਕਰ ਲੈਣੇ ਆ ਸਭ ਤੋਂ ਪਹਿਲਾਂ ਫਿਲਮ ਦੇ ਜਿਹੜੇ ਐਕਟਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂਜੀ ਭਾਜੀ ਮਸੰਦ ਫਿਲਮ ਜਿਹੜੀ ਹੈ ਉਹ ਬਣਾਈ ਜਾ ਰਹੀ ਹੈ ਇੱਕ ਵੱਖਰਾ ਵਿਸ਼ਾ ਕਿਵੇਂ ਚੁਣ ਕੀਤੀ ਇਸ ਫਿਲਮ ਹਾਂ ਮਤਲਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੌਣ ਪੰਜਾਬ ਦੇ ਹਾਲਾਤ ਦਿਖਾਉਣਾ ਮੇਰਾ ਫਰਜ਼ ਆ ਇਹਦਾ ਮੇਕਰ ਤੇ ਮੇਰੇ ਬਹੁਤ ਸਾਲਾਂ ਤੋਂ ਚੱਲ ਰਿਹਾ ਸੀ ਦਿਮਾਗ 'ਚ ਵੀ ਮੈਂ ਇਹਦੇ ਤੇ ਕੁਝ ਕਰਾਂ ਤੇ ਮਹਾਰਾਜ ਨੇ ਮਿਹਰ ਕੀਤੀ ਹੈ ਤਾਂ ਬੱਸ ਉਹ ਹੋ ਗਿਆ। ਇਹ ਇੱਕ ਬੜਾ ਵਿਵਾਦਿਤ ਵਿਸ਼ਾ ਸੀ ਕਿਉਂਕਿ ਅਜੀਤ ਸਿੰਘ ਪੁਲਾ ਦੀ ਜੀਵਨੀ ਵੀ ਇਸ ਫਿਲਮ ਦੇ ਵਿੱਚ ਜਿਹੜੀ ਦਰਸਾਈ ਗਈ ਹੈ ਕਿਤਨਾ ਕਿਤੇ ਫਿਲਮ ਦਾ ਵਿਰੋਧ ਵੀ ਜਿਹੜਾ ਤੁਹਾਨੂੰ ਸਹਿਣਾ ਪਿਆ ਇਹਨਾਂ ਹਾਲਾਤਾਂ ਦੇ ਵਿੱਚ ਕਿਵੇਂ ਇਹ ਫਿਲਮ ਨੂੰ ਪੂਰਾ ਕੀਤਾ। ਦੇਖੋ ਮੈਂ ਨਾ ਪੰਜਾਬ ਦੇ ਹਾਲਾਤ ਮੈਂ ਕਈ ਵਾਰ ਕਹਿ ਚੁੱਕਾ ਪੰਜਾਬ ਦੇ ਉਹਨਾਂ ਹਾਲਾਤਾਂ ਦਾ ਵਰਣਨ ਵਰਣਨ ਕੀਤਾ ਹੈ। ਔਰ ਮੁਸ਼ਕਲਾਂ ਜਦੋਂ ਤੁਸੀਂ ਸੱਚ ਬੋਲੋਗੇ ਫਿਰ ਮੁਸ਼ਕਲਤਾ ਆਊਗੀ। ਮੈਂਨਾ ਜੇ ਮੈਂ ਕੋਈ ਕਾਮੇਡੀ ਫਿਲਮ ਬਣਾਵਾਂ ਦੋ ਚਾਰ ਸੋਹਣੀਆਂ ਕੁੜੀਆਂ ਬੰਬ ਚੋਂ ਡਾਂਡੂਸ ਕਰਕੇ ਬਣਾ ਲਾਉ ਤਾਂ ਸਾਰੇ ਹਾ ਹ। ਜਦੋਂ ਆਪਾਂ ਇਹੋ ਜਿਹਾ ਸਟੈਪ ਲੈਣਾ ਹੁੰਦਾ ਫਿਰ ਆਪਾਂ ਨੂੰ ਫਿਰ ਤਾਂ ਉਸ ਚੀਜ਼ਾਂ ਲਈ ਤਿਆਰ ਰਹਿਣਾ ਪੈਂਦਾ ਵੀ ਇਹ ਚੀਜ਼ਾਂ ਤਾਂ ਆਉਣਗੀਆਂ। ਫਿਲਮ ਦੀ ਕਹਾਣੀ ਜਿਹੜੀ ਹੈ ਉਸ ਨੂੰ ਲੈ ਕੇ ਵਿਵਾਦ ਹੋਇਆ ਨਵਤੇਜ ਗੁੱਗੂ ਹਰਚੰਦ ਵੱਲੋਂ ਕਿਹਾ ਗਿਆ ਕਿ ਸਾਨੂੰ ਪੁੱਛਿਆ ਨਹੀਂ ਗਿਆ ਕਿਉਂਕਿ ਉਹਨਾਂ ਵੱਲੋਂ ਹੀ ਇਹ ਜਿਹੜੀ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਉਸ ਤੋਂ ਬਾਅਦ ਕਿਵੇਂ ਸਹਿਮਤੀ ਬਣੀ ਤੁਹਾਡੇ ਨਾਲ ਖੜੇ ਹੈ। ਸਹਿਮਤੀ ਇਹ ਬਣੀ ਮੈਂ ਦੇਖੋ ਉਸ ਚੀਜ਼ ਦਾ ਜੇ ਮੈਂ ਮੇਤੋ ਕੋਈ ਚਾਹੇ ਅਣਜਾਣੇ ਅਣਜਾਣੇ ਕੋਈ ਗਲਤੀ ਹੁੰਦੀ ਆ ਤਾਂ ਮੇਤੋ ਵੱਡੇ ਨੇ ਉਹ ਮੇਰਾ ਫਰਜ ਬਣਦਾ ਉਹਨਾਂ ਤੋਂ ਮੈਂ ਮਾਫੀ ਮੰਗਾ ਤੇ ਮੈਂ ਮਾਫੀ ਮੰਗੀ ਆ ਹਨਾ ਕਿ ਨਹੀਂ ਜਾਂ ਮੈਨੂੰ ਇੰਨਾ ਨਹੀਂ ਸੀ ਮੈਨੂੰ ਐਸੀ ਜੇ ਰੌਲਾ ਪੈ ਕੇ ਰੁਕ ਰਕ ਜਾਣੀ ਆ ਸਿੱਧੀ ਜੀ ਗੱਲ ਐ ਵੀ ਜਦੋਂ ਇੱਕ ਕੁਲ ਜਾਂਦੀ ਫੇ ਗੱਲ ਬਾਰ ਬਾਰ ਨਿਕਲਦੀ ਬਾਰ ਬਾਰ ਨਿਕਲ ਸੱਚ ਬੋਲਣਾ ਦਾ ਸੱਚ ਚੁੱਪਚਾਪ ਬਣਾ ਕੇ ਰੱਖ ਲਓ ਫੇਰ ਜਦੋਂ ਟਾਈਮ ਆਊਗਾ ਉਦੋਂ ਦੇਖਾਂਗੇ ਇਹ ਸੋਚਣਾ ਪੈਂਦਾ ਜੇ ਸੱਚ ਨੂੰ ਮੈਂ ਰੌਲਾ ਪਾ ਦਾਂਦਾ ਵੀ ਪੰਜਾਬ ਦੇ ਹਾਲਾਤ ਲੈ ਨੇ ਜੀ ਫੁਲਾਨਾ ਲਿੱਤਾ ਤਾਂ ਹੁਣ ਤੱਕ ਰੋ ਹੁਣ ਅੱਜ ਚਲੋ ਬਣੀ ਤਿਆਰ ਐ ਅੱਜ ਕਿਤੇ ਨਾ ਕਿਤੇ ਲੋਕਾਂ ਦਾ ਸੱਚ ਸਾਹਮਣੇ ਲਿਆਉਣ ਤੇ ਅਸੀਂ ਉਦੋਂ ਜੋ ਸਾਡੇ ਸ਼ਹੀਦਾਂ ਨਾਲ ਹੋਇਆ ਹਨ ਸਾਡੇ ਆਪਣੇ ਯੋਧਿਆਂ ਨਾਲ ਹੋਇਆ ਜਾਂ ਹੋਰ ਜਾਂ ਫਿਰ ਸਾਡੇ ਯੋਧਿਆਂ ਨੇ ਕੀਤਾ ਫਿਰ ਦੁਬਾਰਾ ਉਹ ਚੀਜ਼ਾਂ ਐਟ ਲੀਸਟ ਮੈਂ ਸਾਹਮਣੇ ਲੈ ਕੇ ਆ ਸਕਿਆ ਤੇ ਭਾਈ ਹਰਚੰਦ ਜੀ ਨੂੰ ਇਹ ਗੱਲ ਸਮਝ ਆਈ ਵੀ ਹਾਂ ਨਹੀਂ ਮੈਂ ਠੀਕ ਕਹਿ ਰਿਹਾ ਵੀ ਇਹ ਮੇਰੀ ਗਲਤੀ ਐ ਪਰ ਉਹ ਗਲਤੀ ਦੇ ਪਿੱਛੇ ਕਾਰਨ ਵੀ ਨੇ ਤੇ ਇਸ ਲਈ ਉਹਨਾਂ ਨੇ ਕਿਹਾ ਵੀ ਠੀਕ ਐ ਤੂੰ ਜੇ ਹੁਣ ਐਡਾ ਸਟੈਪ ਲੈ ਹੀ ਲਿਆ ਤਾਂ ਫਿਰ ਤੇਰੇ ਨਾਲ ਖੜੇ ਹੁਣ ਜੋ ਫਿਰ ਹੁੰਦਾ ਦੇਖੀ ਜਾਵੇ ਆਪਾਂ ਕਰਾਂਗੇ ਥੋੜੀ ਜੀ ਕਹਾਣੀ ਬਾਰੇ ਦੱਸ ਦਿਓ ਕਿ ਕਹਾਣੀ ਇਹ ਦੋ ਚੀਜ਼ਾਂ ਦਰਸਾਉਂਦੀ ਐ ਇੱਕ ਤਾਂ 84 ਉਹ ਇੱਕ ਅਜੀਤ ਸਿੰਘ ਪੁਲਾ ਜੀ ਦੇਖੋ ਕਹਾਣੀ ਪਾਸ ਤੋਂ ਪ੍ਰੈਜ਼ੈਂਟ ਦੋਨਾਂ ਚ ਚੱਲਦੀ ਐ ਤੁਸੀਂ ਦੇਖਿਆ ਹੋਣਾ ਟ੍ਰੇਲਰ ਚ 284 80 ਤੋਂ ਲੈ ਕੇ 2008 ਤੱਕ ਐ ਹਨਾ ਤੇ ਉਹ ਉਦੋਂ ਸਾਰੇ ਟਾਈਮ ਚੱਲਦਾ ਟ੍ਰੇਲਰ ਬਹੁਤ ਕੁਝ ਬਿਆਨ ਕਰ ਦਿੰਦਾ ਪੰਜਾਬ ਚ ਖਾੜਕੂਵਾ ਦਾ ਦੌਰ ਖਤਮ ਹੋ ਰਿਹਾ ਸੀ ਬਦਤਮਾਸ਼ੀ ਦਾ ਸ਼ੁਰੂ ਫਿਲਮ ਤਾਂ ਫਿਲਮੀ ਹੁੰਦੀ ਐ ਨਾ ਦੇਖੋ ਡਾਕੂਮੈਂਟਰੀ ਤੇ ਫਿਲਮ ਚ ਫਰਕ ਹੁੰਦਾ ਡਾਕੂਮੈਂਟਰੀ ਚ ਅਸੀਂ ਅਲੱਗ ਤਰੀਕੇ ਨਾਲ ਸ਼ੂਟ ਕਰਦੇ ਐ ਫਿਲਮ ਸਾਨੂੰ ਇਦਾਂ ਹੁੰਦਾ ਵੀ ਅਸੀਂ ਆਪਣੀ ਗੱਲ ਵੀ ਕਹਿ ਦੇਣੀ ਐ ਤੇ ਲੋਕਾਂ ਨੇ ਕਹਣਾ ਵਾ ਵੀ ਠੀਕ ਹੈ ਬਹੁਤ ਸੋਹਣੀ ਫਿਲਮ ਹੈ ਮਿੱਟੀ ਮਿੱਟੀ ਵਿਰਾਸਤ ਬੱਬਰਾਂ ਦੀ ਤੁਸੀਂ ਦੇਖ ਹੀ ਚੁੱਕੇ ਹੋ ਮੇਰੀਆਂ ਉਹ ਚ ਵੀ ਮੁੱਦੇ ਸੀ ਮਿੱਟੀ ਦੇ ਵਿੱਚ ਟ੍ਰੇਡੈਂਡ ਦਾ ਮੁੱਦਾ ਸੀ ਕਿਵੇਂ ਜ਼ਮੀਨਾਂ ਤੇ ਕਬਜ਼ੇ ਕੀਤੇ ਗਏ ਕਿਸਾਨਾਂ ਦੀਆਂ ਜ਼ਮੀਨਾਂ ਤੇ ਮਿੱਟੀ ਵਿਰਾਸਤ ਬੱਬਰਾਂ ਦੀ ਸੀ ਵੀ ਸਾਡੇ ਬੱਬਰ ਅਕਾਲੀ ਕੀ ਕਰਦੇ ਸੀ ਤੇ ਯੂਥ ਕਿਵੇਂ ਨਸ਼ਾ 'ਚ ਪਿਆ ਹੋਇਆ ਕੁਝ ਲੋਕ ਲੜ ਰਹੇ ਨੇ ਔਰ ਬੱਬਰ ਅਕਾਲੀ ਕਿਸ ਲੈਵਲ ਤੇ ਲੜਦੇ ਸੀ ਉਹਨਾਂ ਦੀ ਸੋਚ ਕੀ ਸੀ ਇਸ ਤਰ੍ਹਾਂ ਇਸ ਵਿੱਚ ਵੀ ਉਹੀ ਲੰਦਾਗਾ ਵੀ ਪੰਜਾਬ ਦੇ ਜਿਹੜੇ ਹਾਲਾਤ ਵਿਗੜਿਆ ਇਹਨਾਂ ਮਸੰਦਾਂ ਨੇ ਕੀ ਕਰਤੂਤਾਂ ਕੀਤੀਆਂ ਉਹ ਮੈਂ ਦਿਖਾਉਣੇ ਸੀ ਉਹ ਮੈਂ ਦਿਖਾਤੀ ਆ ਤੇ ਮੈਨੂੰ ਖੁਸ਼ੀ ਹੈ ਕਿ ਮੈਨੂੰ ਮਹਾਰਾਜ ਨੇ ਇਹ ਜ਼ਿੰਮੇਵਾਰੀ ਮੈਨੂੰ ਸੌਂਪੀ ਤੇ ਮੈਨੂੰ ਨਿਭਾ ਸਕਿਆ ਮਸੰਦ ਨਾਮ ਚੁਣਿਆ ਗਿਆ ਮਸੰਦ ਨਾਮ ਦੀ ਚੋਣ ਜਿਹੜੀ ਕਿਉਂ ਕੀਤੀ ਕਿਉਂਕਿ ਸਟੋਰੀ ਤਾਂ ਮਸੰਦ ਹੀ ਹੁੰਦਾ ਨਾ ਮਸੰਦ ਸੀ ਉਹ ਔਰ ਮਸੰਦ ਪਹਿਲਾਂ ਤੋਂ ਹੀ ਚੱਲਦੇ ਆ ਰਹੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ 1100 ਮਸੰਦਾਂ ਦਾ ਸੋਧਾ ਲਾਇਆ ਤੇ ਫਿਰ ਜਦੋਂ ਸਿੰਘਾਂ ਨੇ ਫਿਰ ਇਹੋ ਜਿਹਾ ਇੱਕ ਬਾਲਾ ਹੀ ਗਿਰਿਆ ਹੋਇਆ ਬੰਦਾ ਮਾਰਨਾ ਹੈ ਤਾਂ ਫਿਰ ਉਹ ਮਸੰਦੇ ਹੀ ਸਾਡੇ ਲਈ ਤਾਂ ਇਸ ਲਈ ਮੈਨੂੰ ਇਹ ਇਹ ਵਰਡ ਮੈਨੂੰ ਸੀ ਕਿ ਮਸੰਦ ਦੀ ਸਟੋਰੀ ਹੈ ਦੇਖੋ ਫਿਲਮਾਂ ਹਮੇਸ਼ਾ ਐਦਾਂ ਬਣਦੀਆਂ ਨੇ ਫਲਾਨਾ ਐਂ ਨਹੀਂ ਮੈਂ ਸੰਦੇਕ ਇਹ ਦੱਸਣਾ ਚਾਹੁੰਦਾ ਸੀ ਤਾਂ ਕਿ ਗਾਹਾਂ ਮਸੰਦਾਂ ਨੂੰ ਨੱਥ ਪਾਈ ਜਾ ਸਕੇ ਸਾਨੂੰ ਪਤਾ ਹੋਵੇ ਇਹ ਮਸੰਦ ਹੈ ਤਾਂ ਫਿਰ ਸਿੰਘ ਇਹ ਕਰਨਗੇ ਤੇ ਮਸੰਦਾਂ ਨੂੰ ਵੀ ਪਤਾ ਹੋਵੇ ਅਸੀਂ ਇਹ ਕਰਾਂਗੇ ਤਾਂ ਸਿੰਘ ਇਹ ਕਰਨਗੇ ਮੈਸੇਜ ਕੀ ਦੇਣਾ ਚਾਹੋਗੇ ਸਾਡੇ ਥਰੂ ਸਾਡੇ ਚੈਨਲ ਦੇ ਥਰੂ ਦਰਸ਼ਕਾਂ ਮੈਂ ਮੈਸੇਜ ਇਹੀ ਦੇਣਾ ਚਾਹੂੰਗਾ ਕਿ ਜਿਹੜੇ ਸਾਡੇ ਨੌਜਵਾਨ ਨੇ ਉਹ ਨਸ਼ਿਆਂ ਤੋਂ ਦੂਰ ਰਹਿਣ ਆਪਣੇ ਆਪ ਨੂੰ ਪਛਾਣਨਲ ਆਪਣਾ ਇਤਿਹਾਸ ਪੜ੍ਹਨ ਹੈਨਾ ਜਿਵੇਂ ਅਸੀਂ ਪਹਿਲਾਂ ਦੂਜਾ ਮੈਂ ਹਿੰਦੂ ਤੇ ਸਿੱਖ ਵੀਰ ਮਿਲ ਕੇ ਰਹਿੰਦੇ ਸੀ ਆ ਕੁਝ ਕੋ ਬੰਦੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਇਹਨਾਂ ਦਾ ਬਾਈਕਟ ਕਰੋ ਇਹ ਕੋਈ ਨਹੀਂ ਹੈਗੇ ਨਾ ਹਿੰਦੂਆਂ ਦੇ ਨੇ ਨਾ ਸਿੱਖਾਂ ਦੇ ਨੇ ਇਹ ਆਪਣੇ ਪਰਸਨਲ ਹਿੱਤਾਂ ਲਈ ਲੜਾ ਕੇ ਆਪਣੇ ਆਪਣੇ ਆਪ ਨੂੰ ਅੱਗੇ ਲਿਆਉਣਾ ਚਾਹੁੰਦੇ ਨੇ ਪਰ ਸਾਡੇ ਜਿਹੜਾ ਪੰਜਾਬ ਹੈ ਉਹ ਹੱਸਦਾ ਵਸਦਾ ਹੀ ਸੋਹਣਾ ਲੱਗਦਾ ਤੇ ਸਾਰੇ ਮਿਲ ਕੇ ਰਹਿਣ ਤਾਂ ਕਿ ਪੰਜਾਬ ਹੱਸਦਾ ਵਸਦਾ ਰਹੇ ਬਿਲਕੁਲ ਜੀ ਇਹ ਸੰਨ ਰੱਬੀ ਜੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਔਰ ਹਰਚੰਦ ਜੀ ਮੌਜੂਦ ਨੇ ਜਿਨ੍ਹਾਂ ਵੱਲੋਂ ਅ ਅਜੀਤ ਸਿੰਘ ਪੂਲਾ ਦਾ ਜੇਲ੍ਹ ਦੇ ਵਿੱਚ ਸੋਧਾ ਲਾਇਆ ਗਿਆ ਸੀ ਗੱਲਬਾਤ ਕਰਦੇ ਆ ਹਰਚੰਦ ਜੀ ਪਹਿਲਾਂ ਵਿਰੋਧ ਕੀਤਾ ਗਿਆ ਸੀ ਹੁਣ ਨਾਲ ਖੜੇ ਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੱਲ ਇਦਾਂ ਸਾਫ਼ ਜੀ ਵੀ ਵੀਰ ਸਾਡੇ ਕੋਲ ਆਗੇ ਆ ਤੇ ਵੀਰ ਨੇ ਆਣ ਕੇ ਕਲੀਅਰ ਜੀ ਉਹ ਫਿਲਮ ਵਿਖਾਤੀ ਆ ਤੇ ਫਿਲਮ ਵੇਖ ਕੇ ਜਦੋਂ ਅਸੀਂ ਵੇਖੀ ਉਹ ਬਣਾਈ ਸ਼ੀਦਾਂ ਤੇ ਗਈ ਆ ਤੇ ਸ਼ੀਦਾਂ ਤੋਂ ਅਸੀਂ ਅੱਗੇ ਮੈਂ ਗਏ ਚੁੱਕਾ ਵੀ ਬੇਮੁਖ ਨਹੀਂ ਹੋ ਸਕਦੇ ਇਹ ਹੁਣ ਮੈਂ ਨਾਂ ਲੈਣ ਲੱਗਾ ਵੀ A1 ਫਿਲਮ A1 A1 ਦਾ ਮਤਲਬ ਨਹੀਂ ਵੀ ਬਹੁਤ ਵਧੀਆ ਕਿਉਂ ਆਉਣ ਵਾਲੇ ਸਮੇਂ ਜਿਹੜੀਆਂ ਸਾਡੀਆਂ ਪੀੜ੍ਹੀਆਂ ਜਿਹੜਾ ਬੱਚੇ ਇੱਕ ਨਸ਼ਾ ਖਾ ਕੇ ਭੁੱਲ ਚੁੱਕੇ ਇਤਿਹਾਸ ਨੂੰ ਤੇ ਉਹਨਾਂ ਦੇ ਵਿੱਚ ਬੜਾ ਸੋਹਣਾ ਵੀਰ ਨੇ ਇੱਕ ਮੈਸੇਜ ਲੈ ਗਿਆਂਦਾ ਤੇ ਸ਼ਹੀਦਾ ਤੋਂ ਮੈਂ ਬੇਗੁਮਖ ਨਹੀਂ ਹੋ ਸਕਦਾ ਗੁਰਸਿੱਖ ਮੈਂ ਗੁਰੂ ਗੋਬਿੰਦ ਸਿੰਘ ਬਾਬੇ ਦੀਪ ਸਿੰਘ ਦਾ ਮੈਂ ਬੱਚਾ ਤੇ ਮੈਂ ਇਹ ਵੀਰ ਤੋਂ ਵੀਰ ਦੇ ਨਾਲ ਮੇਰੀ ਸਪੋਰਟ ਆ ਤੇ ਵੀਰ ਦੇ ਨਾਲ ਖੜੇ ਆ ਜਦੋਂ ਅਸੀਂ ਨਹੀਂ ਵੇਖੀ ਨਹੀਂ ਵੇਖੀ ਵਕਤ ਵਿਰੋਧ ਵੀ ਕੀਤਾ ਪਰ ਵੀਰ ਨੇ ਆਣ ਕੇ ਸਾਡੇ ਘਰੇ ਆਇਆ ਉਹ ਫਿਲਮ ਵੇਖ ਲਈ ਜਿੰਨੇ ਟਾਈਮ ਦੀ ਉਹ ਬਣੀ ਆ ਤੇ ਜਦੋਂ ਮੈਨੂੰ ਲੱਗਾ ਵੀ ਬਹੁਤ ਵਧੀਆ ਤੇ ਬਸ ਵੀਰ ਦਾ ਸਾਥ ਆ ਤੇ 18 ਤਰੀਕ ਨੂੰ ਪਰਸੋਂ ਲੱਗ ਰਹੀ ਆ ਤੇ ਸਾਰੇ ਸਿਲਮੇ ਦੇ ਮੈਨੇਜਰਾਂ ਨੂੰ ਮੈਂ ਇਹ ਕਹਿ ਰਿਹਾ ਵੀ ਫਿਲਮ ਉਹ ਲਾਉ ਤੇ ਸੰਗਤ ਸਾਰੀ ਵੇਖਣ ਜਾਵੇ 18 ਤਰੀਕ ਨੂੰ ਉਹਦੀ ਪ੍ਰਮੋਸ਼ਨ ਹੀ ਆ ਨਾ ਵੀਰ ਪ੍ਰਮੋਸ਼ਨ ਹੀ ਆ 18 ਤਰੀਕ ਨੂੰ ਤੇ 18 ਤਰੀਕ ਨੂੰ ਮੇਰੇ ਵੀਰ ਵੇਖੋ ਫਿਲਮ ਚੰਦ ਜੀ ਨਵਤੇਜ ਗੁੱਗੂ ਤੜਨਾ ਇਸ ਕਾਰਜ ਦੇ ਵਿੱਚ ਸ਼ਾਮਲ ਸੀ ਅੱਜ ਕਿਉਂ ਨਹੀਂ ਨਾਲ ਖੜੇ ਹੋ ਕੀ ਲੱਗਦਾ ਹੈ ਹਜੇ ਵੀ ਕਿਤਨਾ ਕਿਤੇ ਵਿਰੋਧ ਕਰਦੇ ਨਜ਼ਰਾਂ ਉਹਦੇ ਕੱਲ ਵੀ ਉਹਨਾਂ ਨਾਲ ਗੱਲ ਹੋਈ ਸੀ ਕੋਈ ਪ੍ਰੋਪਰ ਉਹਨਾਂ ਦਾ ਜਵਾਬ ਨਹੀਂ ਦਿੱਤਾ ਵੇਖੋ ਕੱਲ ਨਾ ਮੇਰੀ ਗੱਲ ਹੋਈ ਵੀਰ ਨਾਲ ਇਸੇ ਮਸਲੇ 'ਚ ਰਾਤੀ ਤੇ ਵੀਰ ਨੇ ਕਿਹਾ ਵੀ ਮੈਂ ਵੀਰ ਨੂੰ ਕਿਹਾ ਮੈਂ ਫਿਲਮ ਵੇਖ ਚੁੱਕਾ ਤੇ ਜੇ ਕਹਿੰਦੇ ਤੇ ਆਪਾਂ ਤੁਹਾਨੂੰ ਵੀ ਵਿਖਾ ਦਿੰਨੇ ਆ ਕਹਿੰਦਾ ਤੁਸੀਂ ਵੇਖ ਲਈ ਮੈਂ ਵੇਖ ਲਈ ਇੱਕੋ ਗੱਲ ਹੀ ਆ ਤੇ ਕੋਈ ਪ੍ਰੋਬਲਮ ਨਹੀਂ ਤੇ ਬਾਕੀ ਮੈਂ ਆ ਹੀ ਇੱਥੇ ਉਹ ਆ ਗਿਆ ਮੈਂ ਆ ਗਿਆ ਇੱਕੋ ਗੱਲ ਹੀ ਆ ਜਦੋਂ ਕਾਮੀ ਮਾਲਕ ਨੇ ਸੇਵਾ ਲਈ ਆ ਤੇ ਜਦੋਂ ਏਡੀ ਵੱਡੀ ਮਾਲਕ ਸੇਵਾ ਲੈਂਦਾ ਨਾ ਉਹ ਸਿਰ ਤੇ ਖੁਦ ਉਹਦਾ ਹੱਥ ਹੁੰਦਾ ਮਾਲਕ ਦਾ ਤੇ ਕੋਈ ਪ੍ਰੋਬਲਮ ਨਹੀਂ ਸਮਝ ਲਓ ਮੈਂ ਆ ਗਿਆ ਗੱਗੂ ਵੀਰ ਆ ਗਿਆ ਇੱਕੋ ਗੱਲ ਹੀ ਆ ਤੇ ਵੀਰ ਦਾ ਸਾਡੇ ਨਾਲ ਹੀ ਆ ਸਾਥ ਕੋਈ ਗੱਲ ਨਹੀਂ ਜੇ ਕੱਲ ਨੂੰ ਕੋਈ ਗੱਲਬਾਤ ਕਰਨਗੇ ਤਾਂ ਅਸੀਂ ਖੁਦ ਆਪ ਬਹਿ ਜਾਾਂਗੇ ਉਹਦੇ ਨਾਲ ਜਾ ਕੇ ਕੋਈ ਪ੍ਰੋਬਲਮ ਨਹੀਂ ਐਸੋ ਜੀ ਥੋੜਾ ਜਿਹਾ ਦੱਸ ਦਿਓ ਕਿ ਜਦੋਂ ਇਹ ਘਟਨਾ ਵਾਪਰੀ ਸੀ ਕਿਸ ਤਰ੍ਹਾਂ ਮਣ ਵਿੱਚ ਫੁਰਨਾ ਆ ਗਿਆ ਕਿਉਂਕਿ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਇਹ ਗੱਲ ਸੀਗੀ ਕਿ ਇੰਨੀ ਵੱਡੀ ਗੱਲ ਨੂੰ ਜਿਹੜਾ ਅੰਜਾਮ ਦੇ ਦੇਣਾ ਕਿਉਂਕਿ ਸਰਕਾਰ ਦਾ ਸ਼ੈਲਟਰ ਵੀ ਸੀ ਔਰ ਕਿਤੇ ਨਾ ਕਿਤੇ ਉਹਦੀ ਆਪਣੀ ਵੀ ਕਾਫੀ ਜੜੀ ਦਹਿਸ਼ਤ ਸੀ ਵੇਖੋ ਇਹ ਤੇ ਇੱਕ ਗੁਰੂ ਰਾਮਦਾਸ ਜੀ ਦਾ ਇੱਕ ਭਣਾ ਜਿਹਦੇ ਸਿਰ ਤੇ ਹੱਥ ਰੱਖ ਦੇਣ ਵੇਖੋ ਇਹ ਆ ਵੀ ਸਾਰਾ ਕੁਝ ਆਪ ਦਾ ਪਰਿਵਾਰ ਆਪਣੇ ਆਪ ਨੂੰ ਖਤਮ ਹੋ ਗਏ ਇਹ ਕੰਮ ਹੁੰਦੇ ਆ ਤੇ ਜਦੋਂ ਮਾਲਕ ਦਾ ਨਾਲ ਸਾਥ ਹੋਵੇ ਤੇ ਬੜੀ ਚੜ੍ਹਦੀ ਕਲਾ ਹੋ ਜਾਂਦੀ ਆ ਕਿਉਂਕਿ ਮੈਂ 2007 ਦੇ ਵਿੱਚ ਜੇਲ੍ਹ 'ਚ ਜਾਨਾ ਤੇ 2008 ਦੇ ਵਿੱਚ ਜੀਤ ਸਿੰਘ ਪੂਲਾ ਨਿਹੰਗ ਆ ਜਾਂਦਾ ਤੇ ਉਹਦੇ ਵਿੱਚ ਅਸੀਂ ਦੋ ਭਰਾਵਾਂ ਨੇ ਸਲਾਹ ਕੀਤੀ ਆ ਪਹਿਲੋਂ ਤੇ ਇਹਦੇ ਲਈ 222 ਨੰਬਰ ਦਾਤਰ ਮੰਗਾਇਆ ਸੀ ਵੀ ਇਹਦੇ ਗੋਟ ਲਾਉਣੇ ਆ ਤੋਂ ਫਿਰ ਜਿਤਨਾ ਮਾਲਕ ਨੂੰ ਮਨਜ਼ੂਰ ਆ ਹੋਣਾ ਤੇ ਉਦਾਂ ਹੀ ਜਿਤਨਾ ਇਹਨੂੰ ਸਰਾਫ ਹੋਇਆ ਹੀ ਬਾਬਾ ਬਿਸ਼ਨ ਸਿੰਘ ਜੀ ਦਾ ਵੀ ਨਹੀਂ ਬਾਬੇ ਬਿਸ਼ਨ ਸਿੰਘ ਦਾ ਆ ਬਾਬੇ ਠਾਕਰ ਸਿੰਘ ਦਾ ਤੁਹਾਨੂੰ ਮੈਂ ਉਦੋਂ ਵੀ ਦੱਸਿਆ ਬਾਬੇ ਬਿਸ਼ਨ ਸਿੰਘ ਦਾ ਸਰਾਫ ਹੋਇਆ ਇੱਥੇ ਬਾਬੇ ਬਕਾਲੇ ਮੈਂ ਦੱਸਾਂਗਾ ਸਾਰੀ ਗੱਲ ਬਾਤ ਮੈਂ ਤੇ ਇਹਦੇ ਪੋਤੜੇ ਫਿਰ ਉਹ ਲਦਾਂਗਾ ਛੋਟੇ ਹੁੰਦੇ ਜਾਣਦੇ ਨਾ ਇਹਨੂੰ ਬਾਬੇ ਵਿਸ਼ਨ ਸਿੰਘ ਦਾ ਇਹਨੂੰ ਸਰਾਫ ਹੋਇਆ ਸੀ ਬਾਬੇ ਵਿਸ਼ਨ ਸਿੰਘ ਦੀ ਇੱਥੇ ਮੈਂ ਕਹਾਣੀ ਦੱਸ ਦਿਨਾ ਛੋਟੀ ਜੀ ਬਾਬੇ ਵਿਸ਼ਨ ਸਿੰਘ ਥੋੜੇ ਜਿਹੇ ਜਿਹੜੇ ਅੱਖਾਂ ਤੋਂ ਨੇਤਰਾਂ ਤੋਂ ਘਟਦੀਦਾ ਸੀ ਉਹਦੇ ਆਸਨ ਨੂੰ ਪੂਲੇ ਨੇ ਅੱਗ ਲਾਤੀ ਵੀ ਜਿੰਦੇ ਮੈਨੂੰ ਗੱਦੀ ਮਿਲ ਜੇ ਦੀ ਬਾਬੇ ਵਿਸ਼ਨ ਸਿੰਘ ਨੇ ਫਿਰ ਉਹ ਲਾਗੇ ਸਿੰਘ ਖਲੋਤੇ ਤੇ ਜਿਹੜੀ ਉਹ ਅੱਗ ਬੁਝਾਤੀ ਪੂਲੇ ਨੇ ਲਾਈ ਅੱਗ ਬਾਬੇ ਦੇ ਅਸਨ ਨੂੰ ਬਾਬੇ ਬਿਸ਼ਨ ਸਿੰਘ ਦੇ ਫਿਰ ਸਿੰਘ ਕਹਿੰਦੇ ਵੀ ਬਾਬਾ ਜੀ ਇਹਨੂੰ ਸੋਦਾ ਲਈ ਜਾਂਦੇ ਨਹੀਂ ਇਹ ਬੰਦਾ ਸੜ ਕੇ ਮਰੂਗਾ ਬਾਬੇ ਬਿਸ਼ਨ ਸਿੰਘ ਦਾ ਸਰਾਫ ਹੀ ਸੜ ਕੇ ਮਰੂਗਾ ਇਹ ਬੰਦਾ ਤੇ ਇਹਨੂੰ ਕਹਿਣਾ ਨਹੀਂ ਤੇ ਪੂਲੇ ਨੂੰ ਬੁਲਾ ਕੇ ਕਹਿੰਦੇ ਵੀ ਜਿਹੜੀ ਤੂੰ ਗੱਲ ਭਾਲਦਾ ਆਲੇ ਤੈਨੂੰ ਜਿੰਦੇ ਜੀ ਮੈਂ ਗੱਦੀ ਬਾਬਾ ਬਿਸ਼ਨ ਸਿੰਘ ਇਹਨੂੰ ਜਿੰਦੇ ਜੀ ਗੱਦੀ ਦੇ ਗਏ ਪੂਲੇ ਨੂੰ ਆ ਬਾਬੇ ਬਕਾਲੇ ਵਾਲੀ ਤੇ ਫਿਰ ਤੇ ਇਹਦਾ ਗਦਰ ਹੀ ਬੜਾ ਮਚਾਇਆ ਇਹਨੇ ਬਾਬੇ ਬਕਾਲੇ ਚੰਦੀਗੜ੍ਹ ਕਬੇ ਸਾਰੇ ਪੰਜਾਬ ਤੇ ਇਹਦਾ ਕਬਜਾ ਸੀ ਇੱਕ ਵੇਖੋ ਜੀ ਕੇਪੀਐਸ ਗਿੱਲਰਗੇ ਸਵੇ ਸੈਣੀ ਅਰਗੇ ਜਗੀਰੇ ਦਿੰਦੇ ਇਹਨਾਂ ਨੂੰ ਹਥਿਆਰਾਂ ਦੇ ਤੇ ਬਹੁਤ ਇਹਨੇ ਜਿਹੜਾ ਉਹ ਸ਼ਰਿਆਮ ਬਰਮਾਚੀ ਵੀ ਵਾਕਏ ਨੇ ਖਾੜਕੂ ਆਦ ਖਤਮ ਕਰਕੇ ਰਬੀਵੀਰ ਦੀ ਫਿਲਮ ਦੇ ਵਿੱਚ ਹੈਗਾ ਮਸੰਦ ਫਿਲਮ ਦੇ ਵਿੱਚ ਨਾ ਤਾਈਓ ਮਸੰਦ ਪਾਇਆ ਵੀ ਖਾੜਕੂ ਆਦ ਵਾਕਏ ਇਹਨੇ ਖਤਮ ਕਰਕੇ ਤੇ ਆਪਦੀ ਬਰਮਾਚੀ ਇਹਨੇ ਸ਼ੁਰੂ ਕਰਤੀ ਇਹਨੇ ਵਾਕਏ ਮਸੰਦ ਹੀ ਤੇ ਮਹਾਰਾਜ ਨੇ ਬੜੀ ਕਿਰਪਾ ਕੀਤੀ ਗੁਰੂ ਰਾਮਦਾਸ ਜੀ ਨੇ ਤੇ ਜਿਹੜੀ ਸਾਡੇ ਹੱਥੋਂ ਸੇਵਾ ਨਿਮਾਣੀ ਜੇ ਹੈਗੇ ਆਂ ਅਸੀਂ ਤੇ ਸੇਵਾ ਲੇ ਲਈ ਆ ਤੇ ਜਿਹੜੀ ਰਹੀ ਗੁਰਸਿੱਖੀ ਦੀ ਗੱਲ ਉਦੋਂ ਮੈਂ ਗੁਰੂ ਗ੍ਰੰਥ ਸਾਹਿਬ ਗਾੜੀ ਸੋਕ ਕੇ ਗਿਆ ਵੀ ਮਾਲਕਾ ਸੁਖ ਸੁਗਾਣਾ ਚੜ੍ਹਦੀ ਕਲਾ ਚ ਕੰਮ ਹੋ ਜੇ ਅੱਜ ਤੋਂ ਵਾਦਾ ਮੈਂ ਤੇਰਾ ਗੁਰਸਿੱਖ ਬਨਜਾਂਗਾ ਤੇ ਬੜੀ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਆ ਤੇ ਉਦੋਂ ਦੇ 2008 ਦੇ ਤੇ ਮਹਾਰਾਜ ਨੇ ਚੜ੍ਹਦੀ ਕਲਾ ਦੇ ਵਿੱਚ ਹੀ ਰੱਖਿਆ ਚੜਦੀ ਕਲਾ ਦੇ ਵਿੱਚ 13 ਸਾਲ ਜੇਲ ਵੀ ਕਾਟੀਆਂ ਆ ਤੇ ਚੜਦੀ ਕਲਾ ਦੇ ਵਿੱਚ ਬਾਹਰ ਵੀ ਰਹਿਣਦੇ ਆ ਮਾਲਕ ਦਾ ਸਿਰ ਤੇ ਹੱਥ ਆ ਤੋਂ ਵੇਖੋ ਜੀ ਬਾਹਰ ਲੋਕੀ ਪੀਪਾ ਪੀਪਾ ਵੀ ਤੇਲ ਦਾ ਪਾ ਲੈਂਦੇ ਆ ਤੇ ਨਹੀਂ ਉਹ ਫਿਰ ਵੀ ਵੱਜ ਜਾਂਦੇ ਆ ਇੱਕ ਪਾਈਆ ਡੇਢ ਪਾਈਆ ਤੇਲ ਤੇ ਉਹ ਉੱਤੇ ਪਾ ਕੇ ਤੇ ਅੰਦਰ ਜੇਲ ਦੇ ਵਿੱਚ ਬਲਾਸਟ ਹੀ ਇੱਕ ਹੋ ਗਿਆ ਤੋਂ ਗੁਰੂ ਮਹਾਰਾਜ ਦੀ ਕਿਰਪਾ ਹੀ ਆ ਗੁਰੂ ਰਾਮਦਾਸ ਜੀ ਦੀ ਤੇ ਅਸੀਂ ਤੇ ਇੱਕ ਨਿਵਾਣੀ ਜੀ ਉਹਨਾਂ ਦੇ ਸਿੰਘ ਆ ਤੋਂ ਉਹਨਾਂ ਨੇ ਸੇਵਾ ਲਾਤੀ ਤੇ ਅਸੀਂ ਨਿਭਾਤੀ ਆ ਤੇ ਬਹੁਤ ਬਹੁਤ ਸਾਰੇ ਵੀਰਾਂ ਦਾ ਧੰਨਵਾਦ ਤੇ ਆ ਜਿਹੜੀ ਮਸੰਦ ਫਿਲਮ ਆ ਇਹਦਾ ਕੋਈ ਸਾਡਾ ਵਿਰੋਧ ਨਹੀਂਗਾ ਇਹ 18 ਤਰੀਕ ਨੂੰ ਲੱਗਣੀ ਹੈ ਤੇ ਸਾਰੇ ਵੀਰ ਸਾਰੀ ਸੰਗਤ ਹਿੰਦੂ ਭਾਈਚਾਰਾ ਸਿੱਖ ਭਾਈਚਾਰਾ ਸਾਰੇ ਭਾਈਚਾਰਿਆਂ ਨੂੰ ਮੇਰੀ ਪੀ ਲਿਆ ਵੀ ਇਹ ਜਾ ਕੇ ਫਿਲਮ ਵੇਖੋ ਸਿਲਮੇ ਘਰਾਂ ਦੇ ਵਿੱਚ ਤੇ ਬਹੁਤ ਬਹੁਤ ਸਾਰੇ ਵੀਰਾਂ ਦਾ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਿਲਕੁਲ ਜੀ ਇਹ ਸਾਨੂੰ ਹਰਚੰਦ ਜਿੰਨਾਂ ਵੱਲੋਂ ਜਿਹੜਾ ਅਜੀਤ ਸਿੰਘ ਪੋਲਾ ਨੂੰ ਸੌਦਾ ਲਾਇਆ ਗਿਆ ਸੀ ਪਰਮਜੀਤ ਸਿੰਘ ਅਕਾਲੀ ਮੌਜੂਦ ਨੇ ਸਾਡਾ ਹਾਂਜੀ ਪਰਮਜੀਤ ਜੀ ਪਹਿਲਾਂ ਜਿਹੜਾ ਵਿਰੋਧ ਹੋਇਆ ਹੁਣ ਜਿਹੜਾ ਫਿਲਮ ਦੇ ਹੱਕ ਦੇ ਵਿੱਚ ਖੜੇ ਆ ਤੇ ਲੱਗਦਾ ਵੀ ਹੁਣ ਕਿਤੇ ਨਾ ਕਿਤੇ ਸਹਿਮਤੀ ਬਣੀ ਹੈ ਲੇਖੋ ਬੇਨਤੀ ਇਸ ਤਰ੍ਹਾਂ ਕਿ ਪਾਈ ਹ ਚਾਂਸਿੰਗ ਹੋਣਾ ਦਾ ਗੁੱਗੂ ਹੋਣਾ ਦਾ ਬਹੁਤ ਵੱਡਾ ਸੰਘਰਸ਼ਾ ਬਹੁਤ ਵੱਡੀ ਕੁਰਬਾਨੀ ਇਹਨਾਂ ਦੀ ਆਪਣਾ ਜਾਨ ਇਹਨਾਂ ਨੇ ਦਾਤੇ ਲਾ ਕੇ ਇਸ ਕਾਰਜ ਕੀਤਾ ਸੀਗਾ ਸੋ ਅਸੀਂ ਤੇ ਇਹਨਾਂ ਨਾਲ ਖੜੇ ਆ ਜੇ ਇਹਨਾਂ ਨੇ ਇਹਨਾਂ ਨੇ ਵਿਰੋਧ ਕਰਿਆ ਸੀਗਾ ਕੋਈ ਕੰਫਲੈਕਟ ਸੀਗਾ ਇਹਨਾਂ ਦਾ ਤੋਂ ਉਹ ਇਹਨਾਂ ਦਾ ਕਲੀਅਰ ਹੋ ਗਿਆ ਵਾ ਇਹਨਾਂ ਨੇ ਫਿਲਮ ਦੇਖ ਲਈ ਆ ਜੋ ਇਹਨਾਂ ਦੇ ਮਨ ਦੇ ਵਿੱਚ ਕੋਈ ਸੀਗਾ ਬਹਿਮ ਸੀਗਾ ਉਹ ਹੋ ਗਿਆ ਕਲੀਅਰ ਤੇ ਹੁਣ ਇਹਨਾਂ ਦਾ ਜੇ ਹੁਕਮ ਹੋਇਆ ਵਾ ਕਿ ਉਹ ਫਿਲਮ ਇਹਨਾਂ ਨੇ ਦੇਖੀ ਹੈ ਤੇ ਇਹਨਾਂ ਦਾ ਕਿਸੇ ਤਰ੍ਹਾਂ ਦਾ ਕੋਈ ਵਿਵਾਦ ਨਹੀਂ ਹੈਗਾ ਫਿਲਮ ਨਾਲ ਤੇ ਅਸੀਂ ਭਾਈ ਸਾਹਿਬ ਨਾਲ ਖੜੇ ਆਂ ਅਸੀਂ ਤਾਂ ਸੇਵਾਦਾਰ ਹੋਣ ਦੇ ਨਾਤੇ ਆਪਣੀ ਯੋਧਿਆਂ ਨਾਲ ਖੜੇ ਆਂ ਜੇ ਸਾਡੇ ਕੌਮ ਦੇ ਯੋਧੇ ਸਾਨੂੰ ਇਹ ਗੱਲ ਕਹਿੰਦੇ ਨੇ ਕਿ ਠੀਕ ਆ ਤੇ ਚੜ੍ਹਦੀ ਕਲਾ ਵਾ ਸਾਡਾ ਤਾਂ ਵਿਰੋਧ ਕੋਈ ਨਹੀਂ ਨਾ ਸਾਡਾ ਵਿਰੋਧ ਤਾਂ ਇਸ ਚੀਜ਼ ਦਾ ਸੀ ਵੀ ਜੇ ਇਹਨਾਂ ਨੇ ਕਿਹਾ ਸੀ ਕੋਈ ਮੁਸ਼ਕਲ ਸੀ ਇਹਨਾਂ ਨੂੰ ਕੋਈ ਦਿਖਦੀ ਸੀਗੀ ਤੇ ਉਹ ਉਹਦੇ ਕਰਕੇ ਅਸੀਂ ਇਹਨਾਂ ਨਾਲ ਖੜੇ ਸੀ ਪਰ ਜੇ ਕਹਿ ਰਹੇ ਨੇ ਚੜ੍ਹਦੀ ਕਲਾ ਵਾ ਤੇ ਚੜ੍ਹਦੀ ਕਲਾ ਵਾ ਜੀ ਤੁਸੀਂ ਤੁਸੀਂ ਆ ਫਿਲਮ ਵਖੀ ਹੈ ਕਹਾਣੀ ਫਿਲਮ ਦੀ ਤੁਹਾਨੂੰ ਸੁਣਾਈ ਗਈ ਜਾਂ ਫਿਲਮ ਦਿਖਾਈ ਗਈ ਨਹੀਂ ਭਾਈ ਸਾਹਿਬ ਹੁਣਾਂ ਨੇ ਫਿਲਮ ਦੇਖੀ ਹੈ ਇਹਨਾਂ ਨੇ ਦੱਸਿਆ ਵਾ ਕਿ ਜੋ ਵੀ ਇਹਨਾਂ ਦੇ ਮਨ ਚ ਕੋਈ ਸੀਗਾ ਭੈਮ ਕਿਸੇ ਰੰ ਦਾ ਜਿਹੜਾ ਕੋਈ ਸ਼ੰਕਾ ਸੀ ਉਹ ਦੂਰ ਹੋ ਗਿਆ ਦੇਖ ਕੇ ਇਹਨਾਂ ਦਾ ਸੋ ਹੁਣ ਇਹਨਾਂ ਨੂੰ ਕੋਈ ਲੱਗਦਾ ਨਹੀਂ ਹੈਗਾ ਕਿ ਵਿਰੋਧ ਕਰਨ ਵਾਲੀ ਗੱਲ ਆ ਕੋਈ ਬਿਲਕੁਲ ਜੀ ਅਸਨ ਪਰਮਜੀਤ ਸਿੰਘ ਗਾਲੀ ਹਰਚੰਦ ਸਿੰਘ ਨਾਲ ਵੀ ਗੱਲਬਾਤ ਕੀਤੀ ਜਿਨ੍ਹਾਂ ਨੇ ਇਹ ਦੱਸਿਆ ਕਿ ਫਿਲਮ ਦਾ ਪਹਿਲਾਂ ਜਿਹੜਾ ਵਿਰੋਧ ਜ਼ਰੂਰ ਕੀਤਾ ਗਿਆ ਸੀ ਪਰ ਹੁਣ ਇਸ ਵਕਤ ਜਿਹੜੀ ਆ ਫਿਲਮ ਤੇ ਸਹਿਮਤੀ ਦੇ ਦਿੱਤੀ ਕਿ ਪੰਜਾਬ ਸਿੰਘ ਮੌਜੂਦ ਨੇ ਸਰ ਨਾਲ ਹਾਂਜੀ ਪਹਿਲਾਂ ਵਿਰੋਧ ਹੌਣ ਸਮਰਥਨ ਸਮਰਥਕ ਮੈਂ ਪਹਿਲੇ ਵੀ ਦੱਸੂਗਾ ਜੀ ਵੇਖੋ ਜਿਹੜੇ ਭਾਈ ਹਰਚੰਦ ਸਿੰਘ ਜੀ ਉਹਨਾਂ ਦੀ ਏਡੀ ਵੱਡੀ ਕੁਰਬਾਨੀ ਹੈ ਅਸੀਂ ਉਹਨਾਂ ਨੂੰ ਮੋੜ ਨਹੀਂ ਸਕਦੇ ਸਾਨੂੰ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਫਿਲਮ ਹੈ ਸਾਡੇ ਬਿਨਾ ਪੁੱਛੇ ਤੋਂ ਰਿਲੀਜ਼ ਕੀਤੀ ਜਾ ਰਹੀ ਹੈ ਸਾਨੂੰ ਪੁੱਛਿਆ ਨਹੀਂ ਸਾਡੀ ਕੋਈ ਐਗਰੀਮੈਂਟ ਤੇ ਸਹਿਮਤ ਨਹੀਂ ਹੋਏ ਵੀ ਤੇ ਜਿਹੜੀ ਫਿਲਮ ਲੱਗ ਰਹੀ ਹੈ ਤੇ ਆਪਾਂ ਫਿਲਮ ਰੋਕਣੀ ਆ ਤੇ ਆਪਾਂ ਉਸ ਫਿਲਮ ਨੂੰ ਰੋਕਣ ਵਾਸਤੇ ਇਹਨਾਂ ਨਾਲ ਖਲੋਗੇ ਅੱਜ ਉਹਨਾਂ ਕਿਹਾ ਵੀ ਸਾਡੇ ਕੋਲੋਂ ਉਹਨਾਂ ਨੇ ਮਾਫੀ ਮੰਗ ਲਈ ਆ ਤੇ ਆਪਾਂ ਜਿਹੜੀ ਫਿਲਮ ਸਾਡਾ ਉਹਨਾਂ ਦਾ ਜਿਹੜਾ ਮਨਮਟਾ ਹੀ ਖਤਮ ਹੋ ਗਿਆ ਵਾ ਤੇ ਆਪਾਂ ਜਿਹੜੀ ਫਿਲਮ ਰਿਲੀਜ਼ ਕਰਾਈਏ ਕਿਉਂਕਿ ਉਹਦੇ ਵਿੱਚ ਪੰਜਾਬ ਦੇ ਇਤਿਹਾਸ ਜੋ ਹਾਲਾਤ ਸੀ ਜੋ ਬੀਤ ਚੁੱਕੇ 84 ਤੋਂ ਬਾਅਦ ਦੇ ਉਹ ਸਾਰੇ ਦਰਸਾਏ ਗਏ ਨੇ ਤੇ ਅੱਜ ਸਾਨੂੰ ਲੋੜ ਆ ਪੰਜਾਬ ਦੀ ਨੌਜਵਾਨੀ ਨੂੰ ਉਹ ਇਤਿਹਾਸ ਜੋ ਹਾਲਾਤ ਉਹ ਦੱਸਣ ਦੀ ਉਹ ਫਿਲਮ ਦੇ ਵਿੱਚ ਦੱਸੇ ਗਏ ਨੇ ਹਾਲਾਤ ਤੇ ਇਸ ਕਰਕੇ ਮੈਂ ਚਾਹੁੰਨਾ ਵਾਂ ਵੀ ਫਿਲਮ ਜਿਹੜੀ ਇਹ ਲੱਗਣੀ ਚਾਹੀਦੀ ਆ ਤੇ ਅਸੀਂ ਭਾਈ ਹਰਚੰਦ ਸਿੰਘ ਦੇ ਨਾਲ ਆ ਤੇ ਜੇ ਉਹ ਵਿਰੋਧ ਕਰਦੇ ਸੀ ਤਾਂ ਵੀ ਉਹਨਾਂ ਨਾਲ ਸੀ ਤੇ ਅੱਜ ਉਹਨਾਂ ਨੇ ਵਿਰੋਧ ਵਾਪਸ ਲਿਆ ਤੇ ਤਾਂ ਵੀ ਉਹਨਾਂ ਦੇ ਨਾਲ ਆ। ਆਖਰੀ ਸਵਾਲ ਆ ਬਾਬਾ ਜੀ। ਤੁਹਾਡੇ ਵੱਲੋਂ ਕਿਹਾ ਗਿਆ ਸੀ ਕਿ ਥੀਏਟਰਾਂ ਦੇ ਅੱਗੇ ਜਾ ਕੇ ਥ੍ਰੈਟ ਕਰਾਂਗੇ, ਧੰਨੇ ਦੇਵਾਂਗੇ, ਫਿਲਮ ਨਹੀਂ ਰਿਲੀਜ਼ ਹੋਣ ਦੇਵਾਂਗੇ। ਕਿਤਨੇ ਕਿਤੇ ਲੋਕਾਂ ਦੇ ਮਨ 'ਚ ਡਰ ਵੀ ਆ ਵੀ ਨਿਹੰਗ ਸਿੰਘ ਜਥੇਬੰਦੀਆਂ ਆ ਕੇ ਫਿਲਮ ਦਾ ਜਿਹੜਾ ਵਿਰੋਧ ਨਾ ਕਰਨ। ਹੁਣ ਕੀ ਅਪੀਲ ਕਰਨੀ ਚਾਹੋਗੇ ਲੋਕ? ਬਿਲਕੁਲ ਜੀ ਅਸੀਂ ਐਸੇ ਕਰਕੇ ਆ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ। ਕਿ ਜਿਹੜਾ ਸਾਡਾ ਮੈਸੇਜ ਹੈ ਸੰਗਤ ਤੱਕ ਪਹੁੰਚ ਜਾਵੇ ਕਿਉਂਕਿ ਪਰਸੋਂ ਫਿਲਮ ਰਿਲੀਜ਼ ਹੋਣੀ ਆ ਤੇ ਇਹ ਸਾਡਾ ਮੈਸੇਜ ਸੰਗਤ ਤੱਕ ਪਹੁੰਚਾ ਦਿੱਤਾ ਜਾਵੇ ਅਸੀਂ ਅਪੀਲ ਕਰਾਂਗੇ ਆਪਣੇ ਮੀਡੀਆ ਨੂੰ ਕਿ ਜਿਹੜਾ ਸੰਗਤ ਤੱਕ ਸਾਡਾ ਇਹ ਮੈਸੇਜ ਪਹੁੰਚਾ ਦਿੱਤਾ ਜਾਵੇ ਕਿ ਅਸੀਂ ਨਿਹੰਗ ਸਿੰਘ ਜਥੇਬੰਦੀਆਂ ਜਿਨ੍ਹਾਂ ਨੇ ਵਿਰੋਧ ਕੀਤਾ ਸੀ ਫਿਲਮ ਦਾ ਅੱਜ ਅਸੀਂ ਉਸ ਫਿਲਮ ਦੇ ਸਮਰਥਨ ਵਿੱਚ ਹਾਂ ਸਾਡਾ ਜਿਹੜਾ ਮਨਮਟਾ ਸੀ ਉਹ ਖਤਮ ਹੋ ਚੁੱਕਾ ਵਾ ਤੇ ਵੱਧ ਚੜ ਕੇ ਮੇਰੇ ਵੀਰ ਪੰਜਾਬ ਦੇ ਵਾਸੀ ਹਰ ਇੱਕ ਵਰਗ ਜਿਹੜਾ ਇਸ ਫਿਲਮ ਨੂੰ ਵੱਧ ਚੜ ਕੇ ਵੇਖੋ ਤੇ ਸਾਡਾ ਜੋ ਪੰਜਾਬ ਦੇ ਹਾਲਾਤ ਸੀ ਉਹ ਜਿਹੜੇ ਤਾਜ਼ਾ ਕੀਤੇ ਗਏ ਨੇ ਵੀਰ ਕੰਧੋ ਹਲਾ ਲਓ ਤੇ ਸਾਰੀ ਸੰਗਤ ਇਹਨੂੰ ਵੱਧ ਚੜ ਕੇ ਵੱਧ ਭਰਵਾ ਹੰਗਾਰਾ ਦਿੱਤਾ ਜਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਿਲਕੁਲ ਜੀ ਐਹਸਨ ਪੰਜਾਬ ਸਿੰਘ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਤਲਾਵਰ ਹਰਚੰਦ ਸਿੰਘ ਨਾਲ ਵੀ ਗੱਲਬਾਤ ਕੀਤੀ ਜਿਨ੍ਹਾਂ ਦਾ ਕਹਿਣਾ ਕਿ ਪਹਿਲਾਂ ਜਿਹੜਾ ਫਿਲਮ ਦਾ ਵਿਰੋਧ ਜ਼ਰੂਰ ਕੀਤਾ ਗਿਆ ਸੀ ਉਹ ਕਿ ਕਹਾਣੀ ਜਿਹੜੀ ਆ ਉਹਨਾਂ ਨੂੰ ਐਸੀ ਦੇਸੀ ਗਈ ਪਰ ਹੁਣ ਫਿਲਮ ਜਿਹੜੀ ਦੇਖਣ ਤੋਂ ਬਾਅਦ ਉਹਨਾਂ ਆਪਣਾ ਵਿਰੋਧ ਜਿਹੜਾ ਵਾਪਸ ਲਿਆ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਵੀ ਆਪਣਾ ਵਿਰੋਧ ਜਿਹੜਾ ਵਾਪਸ ਲੈ ਲਿਆ ਗਿਆ ਔਰ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਇਸ ਫਿਲਮ ਨੂੰ ਵੇਖੋ ਕਿਉਂਕਿ ਪੰਜਾਬ ਦਾ ਜਿਹੜਾ ਦੁਖਾਂਤ ਆ ਉਸ ਨੂੰ ਬਿਆਨ ਕਰਦੀ ਹੈ ਫਿਲਮ ਹੈ ਜਿਸ ਦਾ ਜਿਸ ਬਾਰੇ ਜਿਹੜੀ ਜਾਣਕਾਰੀ ਹੋਣਾ ਜਿਹੜੀ ਆਉਣ ਵਾਲੀ ਪੀੜ੍ਹੀ ਨੂੰ ਬਹੁਤ ਜ਼ਰੂਰੀ ਹੈ ਸਰਮਨ ਸਿੰਘ ਅੰਦਾਵਾ ਸ